ਦੱਸਦਾ ਸੀ ਕਿ ਚਾਹ ਤੇ ਰੋਟੀ ਦੇ ਖੋਖੇ ਤੇ ਉਸਦੇ ਮਾਲਕ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ। ਤਾਂ ਮੌਕੇ ਤੇ ਪਹੁੰਚੇ ਪਰਿਵਾਰ ਨੇ ਦੱਸਿਆ ਕਿ ਉਸਦੇ ਪਰਸ ਚੋਂ ਪੈਸੇ ਅਤੇ ਐਕਟਿਵਾ ਗਾਇਬ ਹੈ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟ ਮਾਰਟਮ ਦੇ ਲਈ ਭਿਜਵਾ ਦਿੱਤਾ ਗਿਆ। ਤਾਂ ਪੂਰਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਖੋਖੇ ਦੇ ਮਾਲਕ ਦੀ ਉਸਦੀ ਦੁਕਾਨ ਦੇ ਵਿੱਚ ਮੰਜੇ ਦੇ ਹੇਠੋਂ ਲਾਸ਼ ਮਿਲਦੀ ਹੈ। ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਉਹਨਾਂ ਨੇ ਦੱਸਿਆ ਕਿ ਉਹ ਦੁਕਾਨ ਦੀ ਰਾਖੀ ਦੇ ਲਈ ਰਾਤ ਨੂੰ ਉੱਥੇ ਹੀ ਸੌਂਦੇ ਸੀ, ਤਾਂ ਜਦ ਸਵੇਰ ਆ ਕੇ ਵੇਖਿਆ ਤਾਂ ਉਹਨਾਂ ਦੀ ਲਾਸ਼ ਮਿਲੀ। ਤਾਂ ਮੌਕੇ ਤੇ ਉਹਨਾਂ ਦੇ ਪਰਸ ਦੇ ਵਿੱਚੋਂ ਪੈਸੇ ਅਤੇ ਐਕਟਿਵਾ ਗਾਇਬ ਹੁੰਦੀ ਹੈ। ਤਾਂ ਇਸ ਸੰਬੰਧੀ ਪਰਿਵਾਰ ਦੇ ਵੱਲੋਂ ਚੋਰੀ ਅਤੇ ਕਤਲ ਦੇ ਇਲਜ਼ਾਮ ਲਗਾਏ ਜਾਂਦੇ ਨੇ। ਤਾਂ ਜਿਵੇਂ ਹੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੀਤੀ ਜਾਂਦੀ ਹੈ। ਤਾਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਤੇ ਪੋਸਟਮਾਰਟਮ ਦੇ ਲਈ ਲਾਸ਼ ਨੂੰ ਭਿਜਵਾ ਦਿੱਤਾ ਤੇ ਦੱਸਿਆ ਕਿ ਪੋਸਟਮਾਰਟਮ ਦੇ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ। ਤਾਂ ਭੇਦ ਭਰੇ ਹਾਲਾਤਾਂ ਦੇ ਵਿੱਚ ਇਸ 52 ਸਾਲ ਦੇ ਸ਼ਖਸ ਦੀ ਲਾਸ਼ ਮਿਲੀ ਸੀ। ਫਿਲਹਾਲ ਕਤਲ ਹੋਇਆ ਜਾਂ ਕਿਸ ਤਰੀਕੇ ਦੇ ਨਾਲ ਇਸ ਸ਼ਖਸ ਦੀ ਜਾਨ ਗਈ ਹੈ, ਇਸ ਦਾ ਖੁਲਾਸਾ ਹਾਲੇ ਤੱਕ ਨਹੀਂ ਹੋਇਆ। ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਪੋਸਟਮਾਰਟਮ ਆਉਣ ਤੋਂ ਬਾਅਦ ਹੀ ਇਸ ਸੰਬੰਧੀ ਕੋਈ ਜਾਣਕਾਰੀ ਮਿਲੇਗੀ। ਬਾਅਦ ਇੱਦਾਂ ਦੇਖੋ ਜੀ, ਮੇਰੇ ਤੋਂ ਮੇਰਾ ਛੋਟਾ ਬ੍ਰਦਰ ਸੀ, ਮੈਨੂੰ ਕੋਈ 7:30 ਮੇਰੇ ਕੋਲ ਬੰਦਾ ਆਇਆ, ਮੇਰੇ ਕੋਲ ਉੱਥੇ ਕਲੋਨੀ ਉਹਦਾ ਕਲੋਨੀ 'ਚ ਬੰਦਾ ਆਇਆ, ਪਰ ਉਹਨੇ ਆ ਕੇ ਮੈਨੂੰ ਦੱਸਿਆ ਵੀ ਕਹਿੰਦਾ ਵੀ ਤੁਹਾਡਾ ਭਰਾ ਜਿਹੜਾ ਛੋਟਾ ਉੱਥੇ ਬੋਲਦਾ ਨਹੀਂ ਹੈਗਾ। ਅਤੇ ਮੈਂ 2 ਮਿੰਟ ਲਾਏ ਜਾ ਕੇ ਗਿਆ ਤਾਂ ਜਾ ਕੇ ਦੇਖਿਆ ਤਾਂ ਥੱਲੇ ਪਿਆ ਸੀਗਾ। ਤਾਂ ਉਹ ਫਿਰ ਸਾਨੂੰ ਥੋੜ੍ਹੀ ਜਿਹੀ ਸ਼ੱਕ ਜਿਹੀ ਹੋ ਗਈ, ਫਿਰ ਮੈਂ ਕਿਹਾ ਵੀ ਚਲੋ ਅਟੈਕ ਅਟੂਕ ਹੋ ਗਿਆ। ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਉਹਦੀ ਐਕਟਿਵਾ ਵੀ ਹੈ ਨਹੀਂ, ਉਹਦਾ ਪਰਸ ਵੀ ਹੈ ਨਹੀਂ, ਉਹਦਾ ਮੋਬਾਈਲ ਵੀ ਹੈ ਨਹੀਂ। ਫਿਰ ਸਾਨੂੰ ਥੋੜ੍ਹੀ ਸ਼ੱਕ ਜਿਹੀ ਪੈ ਗਈ, ਸ਼ੱਕ ਦੇ ਤੌਰ 'ਤੇ ਅਸੀਂ ਫਿਰ ਉਹਨਾਂ ਨੂੰ ਪੁਲਿਸ ਨੂੰ ਇਨਫੋਰਮ ਕੀਤਾ। ਪੁਲਿਸ ਵੀ ਮੌਕੇ 'ਤੇ ਆਈ, ਹੁਣ ਦੇਖੋ ਕੀ ਕਾਰਵਾਈ ਕਰਦੀ ਕੀ ਨਹੀਂ, ਹਾਲੇ ਤਾਂ ਜੀ ਪੂਰਾ ਪਤਾ ਨਹੀਂ ਲੱਗਦਾ ਕੀ। ਤੁਹਾਨੂੰ ਕੀ ਲੱਗਦਾ ਕਿ ਕਤਲ ਕੀਤਾ ਗਿਆ? ਤੁਸੀਂ ਦੱਸਿਆ ਗਿਆ ਕਿ ਪੈਸੇ ਵੀ ਹੈ ਨਹੀਂ, ਐਕਟਿਵਾ ਵੀ ਹੈ ਨਹੀਂ, ਸ਼ੱਕ ਵੀ ਸ਼ੱਕ ਦੇ ਅਦਾਰੇ 'ਚ ਵੀ ਧੌਣ ਤੋਂ ਲੱਗਦਾ ਮਾੜਾ ਜਿਹਾ, ਬਾਕੀ ਹੁਣ ਪੋਸਟਮਾਰਟਮ ਦਾ ਪਤਾ ਲੱਗੂਗਾ। ਕੰਮ ਕਾਰ ਕੀ ਕਰਦੇ ਸੀਗੇ ਜੀ? ਇਹ ਹੋਟਲ ਦਾ ਕੰਮ ਕਰਦੇ ਸੀ, ਚਾਹ ਬਣਦੇ। ਠੀਕ ਹੈ, ਰਹਿੰਦੇ ਵੀ ਉੱਥੇ ਸੀਗੇ? ਰਹਿੰਦੇ ਕਲੋਨੀ ਸੀਗੇ, ਆਉਣ ਜਾਣ ਮਤਲਬ ਜੀ ਰਹਿੰਦੇ ਹੋਟਲ 'ਚ ਹੀ ਸੀਗਾ, ਹੋਟਲ 'ਚ ਉੱਥੇ ਰਹਿੰਦਾ ਸੀ। ਨਾਮ ਕਿਆ ਜੀ ਉਹਨਾਂ ਦਾ? ਇਹਨਾਂ ਦਾ ਨਾਮ ਲਾਲ ਹੈ। ਅਤੇ ਠੀਕ ਹੈ ਜੀ, ਅਤੇ ਉਮਰ ਕਿੰਨੀ ਸੀ ਇਹਨਾਂ ਦੀ? 52 ਸਾਲ ਦੀ ਹੈ। ਵਿਆਹੇ ਹੋਏ ਸੀਗੇ ਜੀ? ਹਾਂਜੀ ਹਾਂਜੀ, 2 ਬੱਚੇ ਆ। ਠੀਕ ਹੈ ਜੀ, ਅਤੇ ਘਰ ਦੇ ਵਿੱਚ ਹੋਰ ਕੌਣ ਕੌਣ ਜੀ? ਬਸ 2 ਛੋਟਾ ਬੱਚਾ ਅਤੇ ਵਾਈਫ ਆ। ਰਾਤ ਨੂੰ ਰਾਖੀ ਲਈ ਉੱਥੇ ਰਹਿੰਦੇ ਸੀ ਆਪਣੇ? ਉੱਥੇ ਰਹਿੰਦਾ ਸੀ ਹੋਟਲ, ਹਾਂਜੀ। ਪਿਛਲੇ ਕਿੰਨੇ ਸਮੇਂ ਤੋਂ ਜਸਵੰਤ ਜੀ ਇਹ ਕੰਮ ਕਰਦੇ? 2 ਸਾਲ ਤੋਂ ਹੋ ਗਿਆ। ਅਤੇ ਪੁਲਿਸ ਦੇ ਹੁਣ ਕੀ ਕਾਰਵਾਈ ਕੀਤੀ? ਦੇਖਦੇ ਹਾਂ ਜੀ, ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਕੀ ਹੈਗਾ। ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਦੇਖੋ ਸੰਤਾਂ ਨੂੰ ਇਨਸਾਫ ਚਾਹੀਦਾ, ਦੇਖ ਕੀ ਹੈਗਾ ਕੀ ਨਹੀਂ, ਕਿਉਂਕਿ ਸ਼ੱਕ ਸਾਨੂੰ ਪੈ ਗਈ ਹੈ ਕਿ ਉਹਦੀ ਐਕਟਿਵਾ ਹੈ ਨਹੀਂ, ਪਰਸ ਹੈ ਨਹੀਂ ਅਤੇ ਮੋਬਾਈਲ ਹੈ ਨਹੀਂ। ਇਸ ਤੋਂ ਪਤਾ ਕਿ ਕੋਈ ਲੁੱਟ ਹੋ ਜਾਂ ਕੁਛ ਵੀ ਹੋ ਸਕਦਾ, ਹੁਣ ਪਤਾ ਲੱਗੂ ਉਸ ਵਾਲੇ ਬੋਰਡ ਰੂਮ ਤੋਂ ਬਾਅਦ। ਅੱਛਾ, ਸਵੇਰੇ ਜਦੋਂ ਢਾਬੇ 'ਤੇ ਜਾ ਕੇ ਪਤਾ ਲੱਗਿਆ ਸੀਗਾ ਕਿ ਮੇਰੇ ਕੋਲ ਬੰਦਾ ਆਇਆ ਦੱਸਣ ਨੂੰ ਆਇਆ ਸਵੇਰੇ, ਮੈਂ ਤਾਂ ਜਦ ਕਾਰਪੋਰੇਸ਼ਨ ਚੱਲਾ ਸੀ ਬੰਦਾ ਆਇਆ, ਫਿਰ ਮੈਂ ਉਹਨੂੰ ਪੁੱਛਿਆ, ਉਹਨੇ ਦੱਸਿਆ ਕਹਿੰਦਾ ਵੀ ਤੁਹਾਡਾ ਭਰਾ ਆਇਆ ਉੱਥੇ ਬੋਲਦਾ, ਫਿਰ ਮੈਂ ਗਿਆ ਉੱਥੇ। ਸੀਗੇ ਮੰਜੇ 'ਤੇ ਲੇਟੇ ਹੋ ਕਿ ਨੀਚੇ? ਨੀਚੇ ਸੀ, ਨੀਚੇ। ਅੱਛਾ, ਉੱਦਾਂ ਮੰਜੇ 'ਤੇ ਸੁਣਦੇ ਸੀ, ਉੱਪਰ ਨੀਚੇ ਡਿੱਗੇ ਹੋ ਸੀਗੇ? ਨੀਚੇ ਸੀ, ਡਿੱਗੇ, ਨੀਚੇ ਡਿੱਗੇ ਸੀ। ਠੀਕ, ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਨੇੜੇ ਰੇਲਵੇ ਫਾਟਕ ਪਿਪਲਾਂ ਵਾਲਾ ਚਾਹ ਖੋਖਾ ਆ, ਡੈਡ ਬੋਡੀ ਮਤਲਬ ਪਈ ਹੋਈ ਆ, ਜੋ ਅਸੀਂ ਮੌਕੇ 'ਤੇ ਪੁੱਛਿਆ, ਮੌਕਾ ਦੇਖਿਆ ਆ, ਫਿਲਹਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ, ਸਟੇਟਮੈਂਟ ਹਾਲੇ ਰਿਕਾਰਡ ਕਰਨੀ ਆ ਵਾਰਸਾਂ ਦੀ, ਉਹਦੇ ਆਧਾਰ 'ਤੇ ਕੀ ਆ ਉਸ ਹਿਸਾਬ ਨਾਲ ਤਫਤੀਸ਼ ਕੀਤੀ ਜਾਊਗੀ, ਜੋ ਵੀ ਤੁਹਾਨੂੰ ਸਾਂਝੀ ਕੀਤੀ ਜਾਊਗੀ। ਇਹ ਵਾਰਸਾਂ ਦਾ ਜਿਵੇਂ ਕਹਿਣਾ ਤੋਂ ਸਮਾਨ ਵੀ ਗਾਇਬ, ਐਕਟਿਵਾ ਪਰਸ ਤੋਂ ਵਿੱਚੋਂ ਪੈਸੇ ਗਾਇਬ ਹੈ, ਅਤੇ ਉਹਨਾਂ ਨੂੰ ਕਤਲ ਦਾ ਜਿੱਦਾਂ ਖਦਸ਼ਾ ਉਹਨਾਂ ਵੱਲੋਂ ਪ੍ਰਗਟਾਇਆ ਜਾ ਰਿਹਾ, ਹੁਣ ਤੱਕ ਔਰਲ ਦਾ ਆਪਾਂ ਲਿਖਤੀ ਵਿੱਚ ਜੋ ਕਰਾਂਗੇ ਉਹ ਸਾਨੂੰ ਦੱਸਿਆ ਜਾਊਗਾ।